ਨਾਂ ਜੀ? ਮੇਰਾ ਨਾਂ ਬੰਟੀ ਸ਼ਰਮਾ ਜੀ। ਬੰਟੀ ਜੀ, ਆ ਮੋਰ ਬਾਰੇ ਦੱਸੋ, ਕਿਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਘੁੰਮ ਰਿਹਾ ਇਹ? ਸਾਨੂੰ ਪਤਾ ਲੱਗਿਆ ਵੀ ਇਹ ਬਾਬੇ ਨਾਲ ਬਹੁਤ ਅਟੈਚਮੈਂਟ ਹੈ ਜੀ। ਹਾਂਜੀ, ਇਹ ਨਾ ਮੋਰ ਤਾਂ ਕਾਫੀ ਟਾਈਮ ਦਾ ਪਿੰਡ ਦੇ ਵਿੱਚ ਰਹਿੰਦਾ, ਪਰ 2-2.5 ਮਹੀਨੇ ਹੋ ਗਏ ਇਹ ਜਿਹੜਾ ਸਾਡਾ ਸਰੀਰ ਲੱਗਿਆ ਹੋਇਆ, ਸਾਡੇ ਚਾਚੇ ਕੇ ਲੱਗਿਆ, ਤਾਰਾ ਸਿੰਘ ਨਾਂ ਇਹਦਾ, ਤੇ ਇਹਦੇ ਨਾਲ ਅਟੈਚਮੈਂਟ ਕਾਫੀ ਹੈ ਜੀ। ਇਹਦੇ ਜਦੋਂ ਪੱਠੇ ਲੈਣ ਆਉਂਦਾ ਨਾਲ ਹੀ ਆਉਂਦਾ, ਤੇ ਨਾਲ ਹੀ ਗੱਡੀ ਦੇ ਤੁਰਿਆ ਜਾਂਦਾ, ਅਸੀਂ ਦੇਖਦੇ ਹੁੰਦੇ ਇਹਨੂੰ, ਤੇ ਰਹਿੰਦਾ ਵੀ ਨਾਲ ਨਾਲ ਹੀ ਹੈ, ਤੇ ਜਦੋਂ ਆਵਾਜ਼ ਮਾਰਦਾ ਨਾਲ ਨਾਲ ਮਗਰ ਮਗਰ ਤੁਰਿਆ ਫਿਰਦਾ, ਜਿੱਥੇ ਕੰਮ ਕਰਦਾ ਉੱਥੇ ਬੈਠ ਰਹਿੰਦਾ, ਨਾਲ ਨਾਲ ਤੁਰਿਆ ਫਿਰਦਾ ਜੀ। ਰੋਟੀ ਰਾਟੀ ਵੀ ਨਾਲ ਹੀ ਖਾਂਦਾ ਹਾਂਜੀ ਇਹ। ਹਾਂਜੀ, ਕਿਸ ਤਰ੍ਹਾਂ ਆਇਆ ਇਹ ਪਿੰਡ ਦੇ ਵਿੱਚ, ਕਿਸ ਤਰ੍ਹਾਂ ਆਇਆ? ਤੁਸੀਂ ਇੱਕ ਵੀਡੀਓ ਵਾਇਰਲ ਕੀਤੀ? ਹਾਂਜੀ, ਮੇਰੀ ਮੈਂ ਇੱਕ ਕਲਿੱਪ ਬਣਾ ਕੇ ਪਾਈ ਸੀਗੀ, ਇਹ ਮੈਨੂੰ ਵੀ ਵਧੀਆ ਲੱਗਿਆ ਇਹ, ਤਾਂ ਇਹਦੇ ਨਾਲ ਨਾਲ ਨਾ ਆਖਾ ਜਿਹਾ ਮੰਦ ਤੁਰਿਆ ਫਿਰਦਾ ਸੀ, ਮੈਂ ਵੀਡੀਓ ਕਲਿੱਪ ਬਣਾ ਕੇ ਪਾ ਤੀ, ਤਾਂ ਵੀਡੀਓ ਵਾਇਰਲ ਹੋ ਗਈ। ਪਿੰਡ ਦੇ ਵਿੱਚ ਕਿਸ ਤਰ੍ਹਾਂ ਘੁੰਮਦਾ ਹੈ? ਪਿੰਡ ਦੇ ਵਿੱਚ ਵੀ ਬਹੁਤ ਪਿਆਰਾ ਜੀ, ਆਮ ਸਾਰੇ ਹਰੇਕ ਘਰੇ ਜਾਂਦਾ ਜੀ, ਇਹਦਾ ਆਮ ਹੀ ਘਰਾਂ ਚਲਾ ਜਾਂਦਾ, ਕੋਈ ਕੁੱਤਾ ਨਹੀਂ ਪੈਂਦਾ, ਕੋਈ ਬਿੱਲੀ ਨਹੀਂ ਪੈਂਦੀ ਇਹਨੂੰ, ਕੋਈ ਕੁਛ ਨਹੀਂ ਕਹਿੰਦਾ ਇਹਨੂੰ, ਆਮ ਇਨਸਾਨ ਵੀ ਬਹੁਤ ਪਿਆਰ ਹੈ, ਪਰ ਜਿਹੜੀ ਜ਼ਿਆਦਾ ਅਟੈਚਮੈਂਟ ਹੈ ਇਸ ਬਜ਼ੁਰਗ ਨਾਲ ਹੀ ਹੈ, ਸਾਡੇ ਸਿਰੀ ਨਾਲ ਹੀ ਹੈ ਜੀ। ਲੱਗਦਾ ਹੈ ਪੰਛੀਆਂ ਦਾ ਵੀ ਦਿਮਾਗ ਹੁੰਦਾ ਵੀ ਕਿਸੇ ਇਨਸਾਨ ਨਾਲ ਦੋਸਤੀ ਕੀਤੀ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਜਦੋਂ ਪੱਠੇ ਵੱਢਣ ਆਉਂਦੇ ਆ ਇਹ, ਉਹਦੇ ਨਾਲ ਉਹਨਾਂ ਦੇ ਬੈਠ ਕੇ ਆਉਂਦਾ, ਜਦੋਂ ਇਹ ਨਾਲ ਜਾਣਗੇ ਬੈਠ ਕੇ ਹੀ ਨਾਲ ਜਾਊਗਾ। ਹਾਂਜੀ, ਇਹਨਾਂ ਦੀ ਬਹੁਤ ਅਟੈਚਮੈਂਟ ਹੈ ਇਹਨਾਂ ਨਾਲ। ਆਇਆ ਕਿਸ ਤਰ੍ਹਾਂ ਹੈ ਪਿੰਡ ਦੇ ਵਿੱਚ, ਕਿ ਆਪਣੇ ਆਪ ਹੀ ਆ ਗਿਆ ਕਿਸੇ ਪਾਸੇ? ਇਹਨਾਂ ਆਪਣੇ ਨਾਲ ਕੈਂਟ ਹੈ ਜੀ, ਆਪਣੇ ਇੱਥੇ ਕੈਂਟ ਦੇ ਵਿੱਚ ਬਹੁਤ ਹੈ ਜੀ, ਮੋਰ ਹੈ ਬਹੁਤ ਜ਼ਿਆਦੇ ਹੈ। ਹਾਂਜੀ, ਤੇ ਉਹ ਜਦੋਂ ਜੰਗਲ ਇੱਥੋਂ ਪੱਟਿਆ, ਬਿਲਡਿੰਗਾਂ ਤਿਆਰ ਹੋਈਆਂ ਜੀ, ਉਸ ਤੋਂ ਬਾਅਦ ਜਿਹੜੇ ਪੰਛੀ ਸੀ ਇੱਧਰ ਨੂੰ ਆ ਗਏ, ਤਿੱਤਰ ਸੀਗੇ, ਮੋਰ ਸੀਗੇ। ਹਾਂਜੀ, ਕਾਫੀ ਪੰਛੀ ਸੀ, ਇੱਥੇ ਹੀ ਰਹਿ ਗਿਆ ਜੀ। ਜਦੋਂ ਪਿੰਡ ਦੇ ਸਾਰੇ ਇਹਨਾਂ ਨੂੰ ਰੋਟੀ ਜਾਂ ਕੋਈ ਪਾਉਣ ਲੱਗ ਪਏ, ਪਿਆਰ ਨਾਲ ਮਤਲਬ ਰੱਖਣ ਲੱਗ ਪਏ, ਫਿਰ ਇਹਨਾਂ ਨਾਲ ਅਟੈਚਮੈਂਟ ਜ਼ਿਆਦਾ ਹੋ ਗਈ ਦਾਰਾ ਸਿੰਘ ਨਾਲ। ਗੱਡੀ ਦੇ ਇਹਨਾਂ ਦੇ ਨਾਲ ਨਾਲ ਹੀ ਰਹਿੰਦੇ ਆ, ਵੀ ਜਦੋਂ ਵੀ ਆਵਾਜ਼ ਮਾਰਦੇ ਆ ਨਾਲ ਹੀ ਮਤਲਬ ਕਿ ਚੱਲ ਪੈਂਦੇ ਆ, ਤੇ ਗੱਡੀ ਦੇ ਉੱਪਰ ਬੈਠ ਕੇ ਹੀ ਆਉਂਦੇ ਆ, ਤੇ ਬੈਠ ਕੇ ਜਦੋਂ ਪੱਠੇ ਵੱਢ ਲਏ ਇਹਨਾਂ ਨੇ, ਤੇ ਨਾਲ ਘਰ ਵੀ ਬੈਠ ਕੇ ਜਾਊਗਾ ਨਾਲ ਇਹਨਾਂ ਨੇ। ਬਾਈ, ਕੀ ਨਾਂ ਤੁਹਾਡਾ? ਮੇਰਾ ਨਾਂ ਦਾਰਾ ਸਿੰਘ ਜੀ। ਦਾਰਾ ਸਿੰਘ ਜੀ, ਆ ਮੋਰ ਬਾਰੇ ਦੱਸੋ, ਕਿਸ ਤਰ੍ਹਾਂ ਤੁਹਾਡੇ ਨਾਲ ਅਟੈਚਮੈਂਟ ਹੋਈ ਹੈ ਜੀ? ਇਹ ਜੀ, ਕਿਸੇ ਨੂੰ ਭੁੱਖ ਲੱਗੀ ਸੀ, ਬੁੜੀਆਂ ਨੇ ਮੈਨੂੰ ਰੋਟੀ ਪਾ ਕੇ ਦਿੱਤੀ ਤੇ ਮੇਰੇ ਨਾਲ ਹੀ ਖਾਣ ਲੱਗ ਗਿਆ। ਮੈਂ ਉਹਨੂੰ ਰੋਕਿਆ ਨਹੀਂ, ਇਹ 2 ਮਹੀਨੇ ਹੋ ਗਏ ਉਦੋਂ ਦਾ ਸਲੂਕ ਇਹਦਾ ਮੇਰੇ ਨਾਲ ਪੈ ਗਿਆ। ਜਦੋਂ ਖੇਤ ਆਉਂਦਾ ਖੇਤ ਗੱਡੀ ਦੇ ਨਾਲ ਹੀ ਆਉਂਦਾ, ਮੇਰੇ ਕੰਮ ਕਰਦੇ ਦੇ ਕੋਲੇ ਨਾਲ ਨਾਲ ਹੀ ਰਹਿੰਦਾ, ਇਹਨੇ ਨਾਲ ਹੀ ਰੋਟੀ ਪਾਣੀ ਖਾਣਾ। ਜਦੋਂ ਖੇਤੋਂ ਆਉਣਾ ਮੈਂ, ਉਦੋਂ ਇਹਨੇ ਨਾਲ ਹੀ ਮੁੜ ਜਾਣਾ ਗੱਡੀ ਦੇ, ਤੇ ਨਾਲ ਹੀ ਆਉਣਾ ਜੀ। ਪਿੰਡ ਵਿੱਚ ਸਾਰੇ ਪਿੰਡ ਦੇ ਵਿੱਚ ਇਹ ਘੁੰਮਦਾ ਰਹਿੰਦਾ, ਸਾਰਾ ਪਿੰਡ ਇਹਨੂੰ ਬਹੁਤ ਪਿਆਰ ਕਰਦਾ, ਇਹਦਾ ਕੋਈ ਕਿਸੇ ਦਾ ਰੱਖਿਆ ਨਹੀਂ ਗਾ, ਇਹ ਸਾਰੇ ਪਿੰਡ ਦਾ ਹੀ ਆ ਜੀ। ਤੁਹਾਡੇ ਨਾਲ ਖਾਸ ਹੈ? ਹਾਂਜੀ, ਮੇਰੇ ਨਾਲ 2 ਮਹੀਨੇ ਹੋ ਗਏ ਇਹਦਾ ਸਲੂਕ ਪਏ ਨੂੰ, ਜਿਸ ਦਿਨ ਦੀ ਇਹਨੇ ਰੋਟੀ ਖਾਧੀ ਮੇਰੇ ਨਾਲ। ਕੁੱਤਾਂ ਵਰਗਾ ਰੱਖਦੇ ਹੋ? ਹਾਂਜੀ।